ਮਹਿਲਕਲਾਂ ਦੇ ਟੂਲ ਪਲਾਜ਼ੇ ਤੇ ਲਗਾਤਾਰ ਪੱਕਾ ਮੋਰਚਾ ਲਾਇਆ ਗਿਆ। ਇੱਥੇ ਸਾਡੀਆਂ ਭਰਾਤਰੀ ਜਥੇਬੰਦੀਆਂ ਲੱਖੋਵਾਲ ਤੇ ਅਸੀਂ ਬਤੌਂਦਾ ਇੱਕ ਜਥੇਬੰਦੀ ਹੋਰ ਹੈ, 31 ਜਥੇਬੰਦੀਆਂ ਜਿਹੜਾ ਧਰਨਾ ਬਰਨਾਲੇ ਦੇ ਵਿੱਚ ਰੇਲਵੇ ਟਰੈਕ ਤੇ ਚੱਲ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਸਾਡੇ ਆਗੂ ਕਹਿਣਗੇ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ, ਵੱਧ ਤੋਂ ਵੱਧ ਇਕੱਠ ਕਰਾਂਗੇ। ਅੱਜ ਅਸੀਂ ਮਹਿਲਕਲਾਂ ਦੇ ਟੂਲ ਪਲਾਜ਼ੇ ਤੇ ਸਾਡੀ ਡਿਊਟੀ ਲੱਗਿਆ, 2 ਜਥੇਬੰਦੀਆਂ ਬੈਠੀਆਂ ਸੀ ਲੱਖੋਵਾਲ ਤੇ ਬਤੌਂਦਾ। ਲੋਕਾਂ ਨੇ ਨੌਜਵਾਨਾਂ ਨੇ ਬਹੁਤ ਸਹੂਲੀਅਤ ਕੀਤੀ ਆ, ਕੱਲ੍ਹ ਨੂੰ ਅਸੀਂ ਇੱਥੇ ਵੱਡੇ ਇਕੱਠ ਕਰਾਂਗੇ, ਅਸੀਂ ਲੰਗਰ ਪਾਣੀ ਸਾਡਾ ਇੱਥੇ ਪੱਕੂਗਾ। ਅਣਮਿੱਥੇ ਸਮੇਂ ਦਾ ਇਹ ਧਰਨਾ ਹੈਗਾ, ਲਗਾਤਾਰ ਇਹ ਧਰਨਾ ਜਾਰੀ ਰਹੇਗਾ। ਇੱਥੇ ਵੀ ਸਾਨੂੰ ਕਾਲ ਆਉਂਦੀ ਆ, ਅਸੀਂ ਇੱਥੇ ਬੈਠੇ ਹਾਂ ਜਾਂ ਬਰਨਾਲੇ ਭੇਜ ਦਿਓ ਅਤੇ ਇਹ ਚੱਲੀ ਜਾਊਗਾ। ਜ਼ਿਲ੍ਹਾ ਜਨਰਲ ਸਕੱਤਰ ਬੀ ਕੇ ਜੀ ਲੱਖੋਵਾਲ, ਅੱਜ ਜਿਹੜੇ ਇੱਥੇ ਟੂਲ ਪਲਾਜ਼ੇ ਦੇ ਉੱਤੇ ਧਰਨਾ ਲੱਗਿਆ ਹੋਇਆ, ਇਹ ਮੋਦੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਤੋੜਨ ਖਾਤਰ ਜਿਹੜੀਆਂ ਕਾਰਪੋਰੇਟ ਘਰਾਣੇ ਇੱਥੇ ਪੰਜਾਬ ਦੇ ਵਿੱਚ ਲਿਆ ਕੇ ਅਵਾਨੀ ਅਡਾਨੀ ਵਰਗਿਆਂ ਦੀਆਂ ਕੰਪਨੀਆਂ ਇੱਥੇ ਲਿਆ ਕੇ ਸਾਡੇ 'ਤੇ ਕਿਸਾਨ ਜਿਹੜੇ ਪੰਜਾਬ ਦੇ 3 ਆਰਡੀਨੈਂਸ ਲੈ ਕੇ ਇੱਥੇ ਪ੍ਰਾਈਵੇਟ ਅਦਾਰਾ ਕਰਨ ਜਾ ਰਿਹਾ, ਉਸਦੇ ਖਿਲਾਫ ਆਹ ਟੂਲ ਪਲਾਜ਼ਾ ਇੱਥੋਂ ਸਿੱਧੀਆਂ ਗੱਡੀਆਂ ਲੰਘਾਈਆਂ ਜਾ ਰਹੀਆਂ ਨੇ ਅਤੇ ਕੋਈ ਟੂਲ ਪਰਚੀ ਨਹੀਂ ਲੱਗਣ ਦਿੱਤੀ ਜਾ ਰਹੀ। ਇਹਨਾਂ ਦੇ ਅਵਾਨੀਆਂ ਅਡਾਨੀਆਂ ਦੇ ਰਿਲਾਇੰਸ ਦੇ ਪੰਪ, ਜੀਓ ਦੇ ਸਿਮ ਸਭ ਨੌਜਵਾਨਾਂ ਨੇ ਭੰਨ ਕੇ, ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਆ। ਅੱਜ ਧੰਨਵਾਦ ਕਰਦੇ ਅਸੀਂ ਨੌਜਵਾਨਾਂ ਦਾ, ਨੌਜਵਾਨ ਬਹੁਤ ਉਤਸ਼ਾਹ ਆ ਨੌਜਵਾਨਾਂ ਦੇ ਵਿੱਚ। ਅਤੇ ਹੁਣ ਇਹਨਾਂ ਦੇ ਜਿੰਨੇ ਮੌਲ ਨੇ ਉਹ ਵੀ ਬੰਦ ਕਰਾ ਕੇ ਨੇ, ਕੋਈ ਇਹਨਾਂ ਦੇ ਮੌਲ ਦੇ ਵਿੱਚੋਂ ਕੋਈ ਚੀਜ਼ ਨਾ ਖਰੀਦੋ, ਕੋਈ ਇਹਨਾਂ ਦੇ ਰਿਲਾਇੰਸ ਦੇ ਪੰਪ ਤੋਂ, ਇਹਨਾਂ ਜਿਹੜੀਆਂ ਪ੍ਰਾਈਵੇਟ ਅਦਾਰੇ ਵਾਲੀਆਂ ਕੰਪਨੀਆਂ ਇੱਥੋਂ ਪੰਜਾਬ ਦੇ ਵਿੱਚੋਂ ਅਸੀਂ ਡੱਕਰ ਨੂੰ ਤਿਆਰ ਆ, ਅਸੀਂ ਡੱਕਰਾਂਗੇ। ਹੁਣ ਪੰਜਾਬ ਦਾ ਨੌਜਵਾਨ ਜਾਗ ਉੱਠਿਆ, ਇਹ ਮੋਦੀ ਨੂੰ ਇਹ ਸੋਚ ਲੈਣਾ ਚਾਹੀਦਾ, ਮੋਦੀ ਤੇਰੀਆਂ ਸੱਜੀਆਂ ਖੱਬੀਆਂ ਬਾਹਾਂ ਭੰਨ ਕੇ ਅਸੀਂ ਇਹ ਤੇਰੇ ਇੱਥੇ ਪੰਜਾਬ 'ਚ ਇਹਨੂੰ ਨਾ ਗੋਡੀ ਹੱਥ ਟਿਕਾਇਆ ਤਾਂ ਤੂੰ ਕੀ ਜਾਣੇਗਾ। ਪੰਜਾਬ ਦਾ ਨੌਜਵਾਨ ਜਾਗ ਚੁੱਕਿਆ, ਅੱਜ ਦਿੱਲੀ ਵੱਲ ਨੂੰ ਇਹ ਕੁਝ ਕਰ।